दुनिया विच कुछ अजिहियां शख्सियतां हुंदियां हन जो जानदे हन कि उन्हां दा डॉक्टरी किता एक किता ना हो के सिर्फ लोकां दी सेवा करना है। इसे संकल्प नूं डॉक्टर संदीप कुमार जी चंगी तरह निभा रहे हन। डॉक्टर संदीप दा कहना है कि ਉਹ ਲੋਕ ਸੇਵਾ ਲਈ ਵਚਨਬੱਧ ਹਨ। ਡਾਕਟਰ ਸਾਹਿਬ ਦਾ ਇਹ ਬਚਨ ਬਿਲਕੁਲ ਸੱਚ ਹੈ। ਜਦੋਂ ਸਾਡੀ ਟੀਮ ਨੇ ਡਾਕਟਰ ਸਾਹਿਬ ਦੀ ਕਲੀਨਿਕ ਉੱਤੇ ਜਾ ਕੇ ਦੇਖਿਆ ਤਾਂ ਡਾਕਟਰ ਸਾਹਿਬ ਦਾ ਕਿਹਾ ਗਿਆ ਬਚਨ ਬਿਲਕੁਲ ਸੱਚ ਸਾਬਿਤ ਹੋਇਆ। ਲੋਕ ਸਵੇਰੇ ਸ਼ਾਮ ਲੰਬੀਆਂ ਲੰਬੀਆਂ ਕਤਾਰਾਂ ਬਣਾ ਕੇ ਡਾਕਟਰ ਸਾਹਿਬ ਤੋਂ ਦਵਾਈ ਲੈਣ ਲਈ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੱਤੇ। ਡਾਕਟਰ ਸੰਦੀਪ ਕੁਮਾਰ ਜੀ ਆਪਣੇ ਲੋਕ ਸੇਵਾ ਦੇ ਕਿੱਤੇ ਤੋਂ ਬਾਅਦ ਸਮਾਜ ਸੇਵਾ ਵਿੱਚ ਵੀ ਯੋਗਦਾਨ ਪਾਉਂਦੇ ਰਹਿੰਦੇ ਹਨ, ਜਿਵੇਂ ਕਿ ਗਰੀਬ ਲੜਕੀਆਂ ਦੇ ਵਿਆਹ ਵਿੱਚ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਦੇਣਾ, ਸਕੂਲੀ ਬੱਚਿਆਂ ਲਈ ਸਹਾਇਤਾ ਕਰਨਾ ਆਦਿ। ਇਸ ਤੋਂ ਇਲਾਵਾ ਡਾਕਟਰ ਸੰਦੀਪ ਜ਼ਿਲ੍ਹਾ ਪਟਿਆਲਾ ਦੇ ਭਾਜਪਾ ਮੰਡਲ ਵਿੱਚ ਵੀ ਸ਼ਾਮਲ ਹਨ। ਉਹ ਪਾਰਟੀ ਦੀਆਂ ਵੱਖ ਵੱਖ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ। ਉਹ ਆਪਣੇ ਬਲਾਕ ਦੇ ਮੰਡਲ ਪ੍ਰਧਾਨ ਹਨ। ਉਹ ਜ਼ਿਲ੍ਹਾ ਪਟਿਆਲਾ ਦੇ ਭਾਜਪਾ ਪ੍ਰਧਾਨ ਸ਼੍ਰੀ ਹਰਿੰਦਰ ਕੋਹਲੀ ਜੀ ਦੀ ਅਗਵਾਈ ਵਿੱਚ ਵੀ ਵੱਖ ਵੱਖ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ ਅਤੇ ਆਪਣੇ ਕੀਮਤੀ ਵਿਚਾਰ ਪੇਸ਼ ਕਰਦੇ ਰਹਿੰਦੇ ਹਨ। ਡਾਕਟਰ ਸਾਹਿਬ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਨਿਕਾਲ ਕੇ ਲੋਕਾਂ ਨੂੰ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ, ਜਿਵੇਂ ਕਿ ਗਰੀਬ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ, ਗਰੀਬਾਂ ਲਈ ਆਟਾ ਦਾਲ ਸਕੀਮ, ਬੇਰੁਜ਼ਗਾਰਾਂ ਲਈ ਪ੍ਰਧਾਨ ਮੰਤਰੀ ਬੇਰੁਜ਼ਗਾਰੀ ਲੋਨ ਆਦਿ। ਡਾਕਟਰ ਸੰਦੀਪ ਭਾਜਪਾ ਦੀਆਂ ਲੋਕ ਹਿੱਤ ਵਾਲੀਆਂ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ। ਸੱਚਮੁੱਚ ਹੀ ਡਾਕਟਰ ਸਾਹਿਬ ਲੋਕ ਸੇਵਾ ਲਈ ਸਮਰਪਿਤ ਹਨ।